ਪੰਜਾਬ ਦੇ 4 ਹਲਕਿਆਂ ਦੇ ਵਿਚ 21 ਅਕਤੂਬਰ ਨੂੰ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਪੱਕ ਚੁੱਕਾ ਹੈ, ਜਿਸ ਦੌਰਾਨ ਵੱਖ ਵੱਖ ਪਾਰਟੀਆਂ ਦੇ ਦਿੱਗਜ ਆਗੂ ਆਪਣੇ ਆਪਣੇ ਉਮੀਦਵਾਰਾਂ ਦੇ ਹੱਕ ਵਿਚ ਨਿੱਤਰ ਰਹੇ ਨੇ ਅਤੇ 4 ਹਲਕਿਆਂ ਦੇ ਵਿਚ ਚੋਣ ਪ੍ਰਚਾਰ ਕਰ ਰਹੇ ਨੇ। ਅਜੇ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਵੀ ਆਪਣੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ, ਜਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਵੀ ਫਗਵਾੜਾ ਸੀਟ ਤੋਂ ਐਲਾਨੇ ਗਏ ਸ਼੍ਰੋਮਣੀ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਰਾਜੇਸ਼ ਬਾਘਾ ਦੇ ਹੱਕ ਵਿਚ ਚੋਣ ਰੈਲੀ ਕੀਤੀ ਗਈ। ਇਸ ਮੌਕੇ ਬਿਕਰਮ ਮਜੀਠੀਆ ਨੇ ਬਾਘਾ ਦੇ ਹੱਕ ਵਿਚ ਵੋਟਾਂ ਮੰਗੀਆਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਫਗਵਾੜਾ ਸੀਟ ਤੋਂ ਰਾਜੇਸ਼ ਬਾਘਾ ਨੂੰ ਵੱਡੀ ਲੀਡ ਨਾਲ ਜਿਤਾਇਆ ਜਾਵੇ। ਰੈਲੀ ਨੂੰ ਸੰਬੋਧਨ ਕਰਦਿਆਂ ਬਿਕਰਮ ਮਜੀਠੀਆ ਨੇ ਕਾਂਗਰਸ ਸਰਕਾਰ ਤੇ ਵੀ ਨਿਸ਼ਾਨੇ ਸਾਧੇ। ਅੱਜ ਪੰਜਾਬ ਦੇ ਲੋਕ ਇਹ ਗੱਲ ਜ਼ਰੂਰ ਵੇਖ ਰਹੇ ਨੇ ਕਿ ਸਾਨੂੰ ਇਨਸਾਫ ਪਾਉਣ ਦਾ ਕੰਮ, ਸਾਡੀ ਹੱਕ ਸੱਚ ਦੀ ਲੜਾਈ ਲੜਨ ਵਾਸਤੇ ਫਗਵਾੜੇ ਦੇ ਲੋਕਾਂ ਨੇ ਜਾਂ ਜਲਾਲਾਬਾਦ ਦੇ ਲੋਕਾਂ ਨੇ ਜਾਂ ਮੁਕੇਰੀਆਂ ਦੇ ਲੋਕਾਂ ਨੇ ਜਾਂ ਦਾਖੇ ਦੇ ਲੋਕਾਂ ਨੇ ਕਿੰਨੀ ਅਹਿਮ ਭੂਮਿਕਾ ਨਿਭਾਉਣੀ। ਔਰ ਮੈਂ ਇਹ ਗੱਲ ਤਾਂ ਕਰਦਾ ਇਸ ਇਲੈਕਸ਼ਨ ਦੇ ਨਾਲ ਸਰਕਾਰਾਂ ਨਾ ਤਾਂ ਸੈਂਟਰ ਦੀ ਬਦਲ ਜਾਣੀ ਹੈ ਨਾ ਸੂਬੇ ਦੀ ਬਦਲ ਜਾਣੀ ਹੈ, ਮਗਰ ਜਿਹੜੇ ਲੋਕਾਂ ਨਾਲ ਵਹਿਦੇ ਕਰਕੇ ਕਾਂਗਰਸ ਅੱਜ ਭੱਜ ਗਈ ਹੈ, ਜਿਹੜੇ ਮੁੱਖ ਮੰਤਰੀ ਸਾਹਿਬ ਦੇ ਦਰਸ਼ਨ ਤੱਕ ਨਹੀਂ ਹੁੰਦੇ, ਸ਼ਾਇਦ ਉਹ ਉੱਠ ਖਲੋਣਗੇ, ਆਪਣੀ ਜ਼ਿੰਮੇਵਾਰੀ ਸਮਝਣ ਲੱਗ ਪਏ। 17 ਚ ਜੇ ਪੰਜਾਬ ਚ ਸਰਕਾਰ ਬਣੀ ਤੇ ਕਿਤੇ ਚਿਹਰੇ ਮੋਰਿਆ ਕਰਕੇ ਨਹੀਂ ਬਣਦੀ ਕਾਂਗਰਸ ਦੀ, ਲੋਕਾਂ ਨਾਲ ਵਹਿਦੇ ਹੋਏ। ਔਰ ਅੱਜ ਮੈਂ ਇਹ ਗੱਲ ਕਹਿ ਸਕਦਾ ਕਿ ਜਿਹੜਾ ਇਨਸਾਨ ਗੁਰਕਾ ਸਾਹਿਬ ਦੀ ਸੌਂਹ ਖਾ ਕੇ ਸਹਿਬੇ ਕਮਾਲ ਸਰਪੰਚ ਸਾਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੀ ਸੌਂਹ ਖਾ ਕੇ ਜਿਹੜਾ ਗੁਰੂ ਦਾ ਨਾ ਪੜਿਆ ਉਹਨੇ ਪੰਜਾਬ ਦੇ ਲੋਕਾਂ ਦਾ ਤਾਂ ਕਦੇ ਨਹੀਂ ਬਣ ਜਾਣਾ। ਔਰ 2.5 ਸਾਲ ਅੱਧਾ ਸਰਕਾਰ ਨਿਕਲ ਗਈ ਹੈ, ਅਖੀਰਲੇ ਸਾਲ ਦਾ ਕੋਈ ਆਖੇ ਵੀ ਨਹੀਂ ਲੱਗਦਾ, ਲੋਕ ਆਪਦੀ ਅਗਲੀ ਇਲੈਕਸ਼ਨ ਦੀ ਤਿਆਰੀਆਂ 'ਚ ਵੀ ਹੋ ਜਾਂਦੇ ਆ। ਰਹਿ ਦੇ ਕੇ ਆ ਸਾਲ 1.5 ਸਾਲ ਰਹਿ ਗਿਆ ਅਤੇ ਤੁਸੀਂ ਮੈਨੂੰ ਦੱਸ ਦਿਓ ਕਿ 2.5 ਸਾਲ 'ਚ ਵਹਿਦੇ ਨਾ ਪੂਰਨ ਕਰਨ ਵਾਲੀ ਦਿਲ ਤੇ ਹੱਥ ਰੱਖ ਕੇ ਕਹਿ ਦਿਓ ਕਿ ਜੇ ਕੋਈ ਸਮਝੇ ਕੈਪਟਨ ਅਮਰਿੰਦਰ ਸਿੰਘ ਦੀ ਆਦਤਾਂ ਬਦਲ ਜਾਣਗੀਆਂ ਤੇ ਫਿਰ ਪਤਾ ਨਹੀਂ ਕਿਹੜੀ ਦੁਨੀਆ 'ਚ ਕੀ ਤੁਰਿਆ ਫਿਰਦਾ। ਵਾਰੇ ਸਾਰ ਆਦਤਾਂ ਜਾਤੀਆਂ ਦੇ ਭਾਵੇਂ ਕੱਟੀਏ ਪੋਰੀਆਂ ਪੋਰ ਜਾਣ, ਇਹ ਤਾਂ ਮੈਂ ਜ਼ਰੂਰ ਸੁਣਿਆ। ਮਜੀਠੀਆ ਨੇ ਕਿਹਾ ਕਿ ਕਾਂਗਰਸ ਨੇ ਲੋਕਾਂ ਦੇ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਦੇ ਵਿਚ ਇੱਕ ਵੀ ਪ੍ਰੋਜੈਕਟ ਨਹੀਂ ਲਗਾਇਆ। ਹਜ਼ਾਰਾਂ ਕਰੋੜਾਂ ਰੁਪਏ ਦੇ ਨਿਵੇਸ਼ ਦਾ ਦਾਅਵਾ ਕਰਨ ਵਾਲੀ ਕਾਂਗਰਸ ਸਰਕਾਰ ਦੱਸੇ ਕਿ ਉਨ੍ਹਾਂ ਨੇ ਪ੍ਰੋਜੈਕਟ ਕਿੱਥੇ ਲਗਾਏ ਨੇ। ਬੇਰੋਜ਼ਗਾਰੀ ਭੱਤਾ ਕਹਿੰਦੇ ਸੀ ਜਦ ਤੱਕ
ਮੰਤਰੀ ਨਹੀਂ ਉਦੋਂ ਤੱਕ ਬੇਰੁਜ਼ਗਾਰੀ ਭੱਤਾ ਦੇ ਦਿਆ। ਫਿਰ ਉਹ ਮਨਪ੍ਰੀਤ ਸਿੰਘ ਉਹਦੀ ਤਾਂ ਗੱਲਾਂ ਹੀ ਛੱਡ ਦਿਓ, ਜਿਹੜੀ ਇਲੈਕਸ਼ਨ ਆਉਂਦੀ ਉਹ ਤੋਂ ਪਹਿਲਾਂ ਕਹਿ ਦਿੰਦਾ ਆਈ ਦੀਵਾਲੀ ਦਿਨ ਤਾਂ ਖੜਤੀ ਆਉਣੀ। ਕਹਿੰਦਾ ਜੀ ਕੈਪਟਨ ਨੇ ਮੋਬਾਈਲਾਂ ਦਾ ਵਾਅਦਾ ਕੀਤਾ ਸੀ ਇਹ ਹੁਣ ਦੇ ਦਿਆਂਗੇ ਅਸੀਂ ਇਹ ਦੀਵਾਲੀ ਤੋਂ ਬਾਅਦ, ਕਿਹਾ ਸੀ ਕਿਸੇ ਕਿਹਾ ਸੀ। ਪੰਜਾਬ ਸਰਕਾਰ ਕਾਰਨ ਪੂਰੇ ਦੇਸ਼ ਨਾਲੋਂ ਪੰਜਾਬ ਦੇ ਵਿੱਚ ਬਿਜਲੀ ਮਹਿੰਗੀ ਹੋ ਗਈ ਹੈ। ਉਹਨਾਂ ਨੇ ਕਿਹਾ ਕਿ ਕਾਂਗਰਸ ਇੱਕ ਪਾਸੇ ਤਾਂ ਘਿਓ ਖੰਡ ਦੇਣ ਦੇ ਵਾਅਦੇ ਤੋਂ ਮੁਕਰੀ, ਦੂਜੇ ਪਾਸੇ ਆਟਾ ਦਾਲ ਸਕੀਮ ਨੂੰ ਵੀ ਬੰਦ ਕਰ ਦਿੱਤਾ। ਫਗਵਾੜਾ ਤੋਂ ਨਰਿੰਦਰ ਗੁਪਤਾ ਦੀ ਰਿਪੋਰਟ, ਗਲੋਬਲ ਪੰਜਾਬ ਟੀਵੀ।